हेलो गाइस, तुहाडा फिर तो स्वागत है मेरे यूट्यूब चैनल ते। ते अज तुसी देख दे होंगे, मैं अज स्टार्टिंग कित्थों कर रहे हैं, बिल्कुल रेडी होया वा। अज इस करके कर रहे हैं क्योंकि मैं पहला सोचा भी घरे जाके ही घर ही करदा स्टार्टिंग। अज थोड़ा लेट हो गया, मैनू काम सी, इस करके मैं अज ब्लॉगिंग इत्थों शुरू करन लग्या खेतों विचों। ਹੁਣ ਅਸੀਂ ਖੇਤਾਂ 'ਚੋਂ ਜਾ ਰਹੇ ਹਾਂ ਅਤੇ ਹੁਣ ਮਿਲਦਾ ਤੁਹਾਨੂੰ ਘਰੇ। ਮੂਲੀਆਂ ਵੀ ਤੋੜ ਲਈਆਂ ਸੀ ਗਾਈਸ, ਹੁਣ ਮੈਂ ਆ ਗਿਆ ਘਰੇ ਅਤੇ ਮੈਂ ਆਉਂਦਾ ਆਉਂਦਾ ਮੰਮੀ ਨੂੰ ਖਾਂਸੀ ਹੋਈ ਵੀ ਸੀ ਅਤੇ ਉਹਨਾਂ ਲਈ ਦਵਾਈ ਲੈ ਕੇ ਆਇਆ। ਇਹ ਦਵਾਈ ਹੈ ਅਤੇ ਇੱਕ ਇਹਨਾਂ ਨੂੰ ਸ਼ੂਗਰ ਆ, ਸ਼ੂਗਰ ਦੀ ਦਵਾਈ ਵੀ ਖਤਮ ਸੀ, ਉਹ ਵੀ ਲੈ ਕੇ ਆਇਆ। ਇਹਨਾਂ ਨੂੰ ਖਾਂਸੀ ਕਈ ਦਿਨਾਂ ਤੋਂ ਹਟ ਨਹੀਂ ਰਹੀ, ਦਵਾਈ ਵੀ ਬਹੁਤ ਲੈ ਲਈ। ਕਮੈਂਟ ਕਰਕੇ ਦੱਸਿਓ ਵੀ ਦਵਾਈ ਇਹਨਾਂ ਲਈ ਵਧੀਆ ਕਿਹੜੀ ਆ। ਇਹ ਇਹਨਾਂ ਨੂੰ ਕੋਈ ਬਲਗਮ ਵਾਲੀ ਖਾਂਸੀ ਨਹੀਂ, ਸੁੱਕੀ ਖਾਂਸੀ ਆ। ਦਵਾਈ ਵੀ ਬਹੁਤ ਜ਼ਿਆਦਾ ਲੈ ਲਈ ਪਰ ਫਰਕ ਨਹੀਂ ਪੈ ਰਿਹਾ। ਉਹ ਅੱਜ ਆਹ ਦਵਾਈ ਲੈ ਕੇ ਆਇਆ, ਦੇਖਦੇ ਹਾਂ ਇਹਦੇ ਨਾਲ ਕੀ ਫਰਕ ਪੈਂਦਾ। ਡਾਕਟਰ ਨੇ ਆਹ ਦਵਾਈ ਦਿੱਤੀ ਆ, ਕਹਿੰਦਾ ਆਹ ਗੋਲੀਆਂ ਨੇ ਤੇ ਆਹ ਇਹ ਵਾਲੀਆਂ ਤੇ ਇੱਕ ਤਿੰਨ ਟਾਈਮ ਦੋ ਦੋ ਚਮਚ ਇਹ ਪੀਣੀ ਹੈ ਦਵਾਈ। ਗਾਈਸ, ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਸੀ ਅਤੇ ਹੁਣ ਮੈਂ ਸ਼ੇਅਰ ਕਰਨ ਲੱਗਿਆ ਹਾਂ। ਅਤੇ ਮੈਨੂੰ ਕਈ ਬਹੁਤ ਜਣੇ ਤੋਂ ਸੁਣਿਆ ਵੀ ਆਪਣੇ ਹਮ ਸ਼ਕਲ ਸੱਤ ਹੁੰਦੇ ਨੇ, ਆਪਣੀ ਸ਼ਕਲ ਵਰਗੇ ਸੱਤ ਹੁੰਦੇ ਨੇ। ਮੈਂ ਯਕੀਨ ਨਹੀਂ ਸੀ ਮੰਨਦਾ, ਮੈਂ ਕਿਹਾ ਹੋਣੇ ਨਹੀਂ। ਵੈਸੀ ਲੋਕਾਂ ਦੀ ਆਦਤ ਆ ਵੈਸੀ ਬੋਲਣ ਦੀ, ਮੈਂ ਉਹੀ ਸੁਣ ਕੇ ਹਾਂ ਠੀਕ ਆ ਬਾਈ ਹੋਣਗੇ। ਕੱਲ੍ਹ ਰਾਤ ਉਹ ਬੰਦੇ ਨੂੰ ਦੇਖ ਕੇ ਮੈਂ ਖੁਦ ਹੈਰਾਨ ਹੋ ਗਿਆ, ਮੈਂ ਦੇਖਣ ਸੋਚਣ ਨੂੰ ਮਜਬੂਰ ਹੋ ਗਿਆ ਵੀ ਸਹੀ ਗੱਲ ਆ ਜੋ ਕਹਿ ਰਹੇ ਸੀ ਵੀ ਹੋ ਸਕਦੇ ਨੇ। ਮੈਂ ਹਾਂ ਉਹੀ ਦੱਸਣ ਲੱਗਿਆ ਤੁਹਾਨੂੰ। ਰਾਤ ਮੈਨੂੰ ਮੇਰੇ ਹਮ ਸ਼ਕਲ ਬਿਲਕੁਲ ਮੇਰੀ ਸ਼ਕਲ ਦਾ ਬੰਦਾ ਮਿਲਿਆ ਮੈਨੂੰ ਅਤੇ ਮੈਂ ਦੇਖ ਕੇ ਉਹਨੂੰ ਹੈਰਾਨ ਹੋ ਗਿਆ। ਮੈਂ ਉਹਦੀ ਪਿੱਕ ਵੀ ਤੁਹਾਨੂੰ ਪਾਊਂਗਾ ਅਤੇ ਮੈਂ ਦਿਖਾਉਂਦਾ ਵੀ ਬਿਲਕੁਲ ਸਾਡੇ ਘਰ ਦੇ ਵੀ ਹੈਰਾਨ ਹੋ ਗਏ ਸਾਨੂੰ ਦੇਖ ਕੇ। ਉਹ ਮੈਥੋਂ ਬਸ ਥੋੜ੍ਹਾ ਹਾਈਟ 'ਚ ਲੰਮਾ ਅਤੇ ਮੈਂ ਥੋੜ੍ਹਾ ਜਿਹਾ ਛੋਟਾ ਹਾਂ, ਪਰ ਇੱਦਾਂ ਲੱਗਦਾ ਜਿੱਦਾਂ ਉਹ ਮੇਰਾ ਵੱਡਾ ਭਾਈ ਹੁੰਦਾ। ਬਟ ਮੈਂ ਤਾਂ ਇਕੱਲਾ ਹੀ ਹਾਂ, ਇੱਕ ਮੇਰੀ ਸਿਸਟਰ ਆ ਉਹ ਵੀ ਮੈਰਿਡ ਨੇ ਅਤੇ ਅਸੀਂ ਦੋਨੋਂ ਆ, ਔਰ ਮੇਰਾ ਕੋਈ ਬ੍ਰਦਰ ਹੈ ਨਹੀਂ, ਨਾ ਛੋਟਾ ਨਾ ਬੜਾ। ਅਤੇ ਮੈਂ ਤੁਹਾਨੂੰ ਉਹਦੀ ਫੋਟੋ ਪਾਉਣ ਲੱਗਿਆ ਅਤੇ ਦੇਖੋ ਤੁਸੀਂ। ਕਮੈਂਟ ਕਰਕੇ ਪਲੀਜ਼ ਦੱਸਿਓ ਵੀ ਸੱਚੀ ਉਹ ਮੇਰੀ ਤਰ੍ਹਾਂ ਲੱਗਦਾ। ਕਮੈਂਟ ਕਰਕੇ ਦੱਸੋ ਵੀ ਦੋਨੋਂ ਹਮਸ਼ਕਲ ਹੈ ਜਾਂ ਨਹੀਂ। ਓਕੇ ਬ੍ਰੋ, ਹੁਣ ਆਪਣਾ ਹੋ ਗਿਆ ਉਹੀ ਟਾਈਮ, 10:15 ਹੋ ਚੁੱਕੇ ਨੇ ਅਤੇ ਆਪਾਂ ਜਾ ਰਹੇ ਹਾਂ ਹੁਣ ਫੈਕਟਰੀ ਨੂੰ ਅਤੇ ਤੁਹਾਨੂੰ ਫੈਕਟਰੀ ਦੇ ਵਿੱਚ ਮਿਲਦਾ। ਪਲੀਜ਼ ਮੇਰੇ ਯੂਟਿਊਬ ਚੈਨਲ ਨੂੰ ਲਾਈਕ, ਕਮੈਂਟ ਔਰ ਸ਼ੇਅਰ ਕਰ ਦਿਓ ਜ਼ਰੂਰ। ਮੈਂ ਹੁਣ ਫੈਕਟਰੀ ਦੇ ਵਿੱਚ ਪਹੁੰਚ ਚੁੱਕਿਆ ਅਤੇ ਕੰਮ ਸ਼ੁਰੂ ਕਰਨਾ ਅਤੇ ਇੱਧਰ ਸਾਡੇ ਪਰਮਿੰਦਰ ਵੀਰ ਜੀ ਬੈਠੇ ਨੇ ਅਤੇ ਆਪਣਾ ਇਹ ਵਿਚਾਰੇ ਕੰਮ ਕਰ ਰਹੇ ਨੇ। ਸਾਰੀ ਦਫ਼ਤਰ ਵਾਲੇ ਹਾਸੀ ਮਜ਼ਾਕ ਕਰ ਰਹੇ ਨੇ, ਅੱਜ ਸ਼ਨੀਵਾਰ ਕਰਕੇ ਕੰਮ ਬਹੁਤ
ਜ਼ਿਆਦਾ ਘੱਟ ਆ, ਸ਼ਨੀਵਾਰ ਨੂੰ ਕੰਮ ਘੱਟ ਹੀ ਹੁੰਦਾ ਕਿਉਂਕਿ ਸੰਡੇ ਹੁੰਦਾ, ਸੰਡੇ ਨੂੰ ਗੱਡੀਆਂ ਖਾਲੀ ਨਹੀਂ ਹੁੰਦੀਆਂ, ਇਸ ਕਰਕੇ ਥੋੜ੍ਹਾ ਬਹੁਤ ਹੀ ਗੱਡੀਆਂ ਲੱਗਦੀਆਂ ਨੇ। ਮੈਂ ਲੰਚ ਕਰ ਲਿਆ ਹੁਣ, ਅਤੇ ਬਾਹਰ ਗੱਡੀਆਂ ਆ ਗਈਆਂ ਅਤੇ ਲੇਬਰ ਵਾਲੇ ਵੀ ਕਾਫੀ ਵਾਰ ਵਾਰ ਘੁੰਮੀ ਜਾਂਦੇ ਨੇ, ਮੈਨੂੰ ਲੱਗਦਾ 2-3 ਗੱਡੀਆਂ ਆ ਗਈਆਂ। ਤੋਂ ਗੱਡੀਆਂ 'ਚ ਉਹਨਾਂ 'ਚ ਮਾਲ ਪਾਉਂਦੇ ਹਾਂ ਅਤੇ ਉਹਨਾਂ ਨੂੰ ਦੇਖਦੇ ਹਾਂ, ਕਰਾਉਂਦੇ ਹਾਂ ਫਾਈਨਲ। ਮਿਲਦਾ ਤੁਹਾਨੂੰ ਗਾਈਜ਼। ਅੱਜ ਚੱਲ ਰਹੀ ਹੈ ਨਸਰੀਨ ਮੈਡਮ ਵੱਲੋਂ ਪਾਰਟੀ, ਇਹਨਾਂ ਨੇ ਮੰਗਾਏ ਨੇ ਬਰਗਰ। ਹੁਣ ਬਰਗਰ ਖਾਂਦੇ ਹਾਂ, ਮੈਂ ਤੁਹਾਨੂੰ ਬਰਗਰ ਖਾ ਕੇ ਮਿਲਦਾ। ਹੈਲੋ, ਸਾਰੇ ਇੰਜੋਇਮੈਂਟ ਚੱਲ ਰਹੀ ਹੈ ਬਰਗਰ ਦੀ। ਇਹ ਹੈ ਘਰੇ ਜਾਣ ਲੱਗਿਆ। ਉਹ ਦੁਬਾਰਾ ਚੱਕ ਕੇ ਦੱਸ, ਕੀ ਸੀ ਅੱਜ, ਕੀ ਖਾਇਆ? ਕੇਕ। ਉਹਦੇ ਵਿੱਚ ਕੀ ਸੀ? ਉਹਦੇ ਵਿੱਚ ਕੁਝ ਨਹੀਂ ਸੀ, ਪਰ ਕੇਕ ਸੀ। ਕੀ ਸੀ? ਕੇਕ। ਆ ਕੀ ਲੋਨਾ? ਕੇਕ ਲੈਣਾ। ਗਾਈ ਯਾਰ, ਮੇਰੀ ਚੱਪਲ ਲੈ ਗਿਆ ਐਲੈਕਸ, ਇੱਕੇ ਆ, ਦੂਸਰੀ ਪਤਾ ਨਹੀਂ ਕਿੱਥੇ ਛੱਤ 'ਤੇ ਸੁੱਟਿਆ ਆ, ਮਿਲੀ ਨਹੀਂ ਮੈਨੂੰ। ਚਲੋ ਪੁੱਛ ਕੇ ਪਾਪਾ ਦੀ ਚੱਪਲ ਕਿੱਥੇ ਆ, ਇਹਨੂੰ ਪੁੱਛ ਐਲੈਕਸ ਨੂੰ। ਚੱਲ ਨੀਚੇ ਪੁੱਛੀ, ਨੀਚੇ ਕਿਆ ਹੈ? ਮੈਂ ਲੈ ਕੇ ਚੱਲਦਾ। ਚਲੋ ਰਾਤ ਦੇ ਪਤਾ ਕਿੰਨੇ 11 ਵਜ ਗਏ ਆਪਾਂ। ਹਾਂ, ਰਾਤ ਦੇ 11 ਵਜੇ ਆਪਾਂ ਛੱਤ 'ਤੇ ਘੁੰਮਦੇ ਹਾਂ। ਹੋਰ ਬਾਊ ਪਕੜ ਕੇ ਲੈ ਕੇ ਜਾਊਗਾ। ਹਾਂ, ਖਾ ਜੂਗਾ, ਪਾਥੀਆਂ ਵੀ ਖਾ ਜੂਗਾ। ਹਾਂ, ਕੀ ਹਾਂ, ਇਹਨੂੰ ਪੁੱਛ ਕਿ ਚੱਪਲ ਕਿੱਥੇ ਆ ਪਾਪਾ ਦੀ, ਇਹਨੂੰ ਪੁੱਛ ਐਲੈਕਸ ਨੂੰ। ਨਹੀਂ, ਇੱਥੇ ਹੀ ਰੱਖ ਦਿਓ, ਇਹਦੇ ਪਿੰਜਰੇ 'ਤੇ ਰੱਖ ਦਿਓ। ਹੈਂ, ਨਹੀਂ ਵੜਦਾ, ਰੱਖ ਦਿਓ ਉੱਪਰ। ਇੱਦਾਂ ਕਿੱਥੇ ਚੱਲ ਜੂਗਾ? ਮੇਰੀ ਮਿਲ ਗਈ ਐਲੈਕਸ, ਇੱਕ ਆਪਣੇ ਆਪ ਲੈ ਆਇਆ ਮੇਰੀ ਚੱਪਲ, ਅਤੇ ਮੈਨੂੰ ਚੱਪਲ ਮਿਲ ਗਈ। ਅੱਜ ਬੜੀ ਮੁਸ਼ਕਲ ਨਾਲ ਮੈਂ ਔਰ ਯਸ਼ਵੀ ਨੇ ਚੱਪਲ ਲੱਭੀ ਆ। ਸਭ ਤੋਂ ਪਹਿਲਾਂ ਸਾਨੂੰ ਇੱਕ ਚੱਪਲ ਉੱਪਰ ਮਿਲੀ ਆ, ਅਤੇ ਦੂਸਰੀ ਚੱਪਲ ਆਪਣੇ ਆਪ ਐਲੈਕਸ ਨੂੰ ਕਿਹਾ ਵੀ ਸਾਡੀ ਚੱਪਲ, ਮੇਰੀ ਚੱਪਲ ਇੱਕ ਮਿਲੇ ਨਹੀਂ ਰਹੀ, ਅਤੇ ਆਪਣੇ ਆਪ ਹੀ ਉਹ ਲਿਆ ਆ। ਅਤੇ ਬਲੌਗ ਇੱਥੇ ਐਂਡ ਕਰਦਾ। ਓਕੇ, ਬਾਏ।